ਅਰਜੀ ਲੈ ਕੇ ਹੁਣ ਤੱਕ ਜਾਂਚ ਕਿੱਥੇ ਪਹੁੰਚੀ ਹੈ? ਦੇਖੋ ਜਿਹੜੀ ਜਾਂਚ, ਕਿਉਂਕਿ ਸਿੰਘ ਸਾਹਿਬ ਜੀ ਹੋਰਾਂ ਨੇ 5 ਮੈਂਬਰੀ ਕਮੇਟੀ ਨਿਸ਼ਚਿਤ ਕੀਤੀ, ਉਹਦਾ ਕਾਰਨ ਇਹ ਸੀਗਾ ਕਿ ਸਮੁੱਚੇ ਵਰਤਾਰੇ ਨੂੰ ਸਮਝਿਆ ਜਾਵੇ ਔਰ ਜੋ ਅਸਲੀਅਤ ਉਹਨੂੰ ਸਾਹਮਣੇ ਲਿਆਂਦਾ ਜਾਵੇ। ਤਾਂ 5 ਮੈਂਬਰੀ ਕਮੇਟੀ, ਕਿਉਂਕਿ ਇਸੇ ਲਈ ਭਾਈ ਸਾਹਿਬ ਹੋਰਾਂ ਨੂੰ 2 ਵਾਰੀ ਸੱਦਾ ਦਿੱਤਾ ਗਿਆ ਪਟਿਆਲਾ ਵਿਖੇ ਵੀ, ਵੀ ਆਪਾਂ ਤੁਸੀਂ ਆਓ, ਜਿਹੜੀ ਮਿਤੀ ਤੁਸੀਂ ਕਹਿੰਦੇ ਉਸ ਅਨੁਸਾਰ ਆਪਾਂ ਗੱਲ ਕਰ ਸਕਦੇ ਹਾਂ। ਤਾਂ ਅਸੀਂ ਅੱਜ ਵੀ ਪਿਆਰ ਨਾਲ ਹੀ ਕਹਿੰਦੇ ਹਾਂ, ਕਿਉਂਕਿ ਸਾਡਾ ਕੋਈ ਜਾਤੀ ਵਿਰੋਧ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕ ਗੁਰੂ ਗ੍ਰੰਥ ਗੁਰੂ ਪੰਥ ਲਈ ਜੇ ਆਪਾਂ ਚੰਗਾ ਕਾਰਜ ਕਰ ਸਕਦੇ ਹਾਂ ਤਾਂ ਆਪਾਂ ਨੂੰ ਰਲ ਕੇ ਸੰਸਾਰ ਵਿੱਚ ਕਰਨਾ ਚਾਹੀਦਾ। ਔਰ ਜਿਹੜੇ ਬੇਲੋੜੇ ਮੁੱਦੇ ਉਛਾਲ ਕੇ ਆਪਾਂ ਗੁਰਮਤ ਸਾਹਿਤ ਜਾਂ ਗੁਰਬਾਣੀ, ਸਿੱਖ ਸਿਧਾਂਤ, ਮਰਿਆਦਾ, ਪਰੰਪਰਾਵਾਂ ਦੇ ਖਿਲਾਫ ਐਵੇਂ ਮਜ਼ਾਕੀਆ ਲਹਿਜ਼ੇ ਵਿੱਚ ਜੋ ਗੱਲ ਹੁੰਦੀ ਹੈ, ਆਪਾਂ ਸਾਰੇ ਦੇਣਦਾਰ ਹਾਂ ਗੁਰੂ ਦੇ। ਕਈ ਵਾਰੀ ਕਿਸੇ ਦੀ ਸਮਝ ਕਿਸੇ ਸ਼ਬਦ ਪ੍ਰਤੀ ਘੱਟ ਹੁੰਦੀ ਹੈ, ਕਿਸੇ ਦੀ ਡੂੰਘੀ ਹੁੰਦੀ ਹੈ। ਬੜੇ ਬੜੇ ਕੌਮ ਵਿੱਚ ਵਿਦਵਾਨ ਹੋਏ ਨੇ, ਐਸੀ ਗੱਲ ਨਹੀਂ ਹੈ, ਬੜੇ ਬੜੇ ਕਰਨੀ ਵਾਲੇ ਹੋਏ ਨੇ, ਬੜੇ ਡੂੰਘੇ ਹੋਏ ਨੇ, ਉਹਨਾਂ ਨੇ ਵੀ ਬਹੁਤ ਕਾਰਜ ਕੀਤਾ। ਉਹਨਾਂ ਨੂੰ ਪੜ੍ਹੀਏ ਸੁਣੀਏ ਤਾਂ ਕਿ ਸਾਡਾ ਆਪਣਾ ਮਿਆਰ ਵੀ ਉੱਚਾ ਹੋਵੇ। ਤਾਂ ਆਹ ਜਿਹੜੇ ਵਿਵਾਦਿਤ ਜੇ ਮੁੱਦੇ ਬੇਲੋੜੇ ਨੇ, ਇਹਨਾਂ ਵਿੱਚ ਕੋਈ ਦਮ ਤਾਂ ਨਹੀਂ ਹੈ, ਪਰ ਆਮ ਸੰਗਤ ਗੁੰਮਰਾਹ ਜ਼ਰੂਰ ਹੁੰਦੀ ਹੈ। ਇਸ ਕਰਕੇ ਸਾਡਾ ਇਹ ਸੀ ਵੀ ਬੈਠੀਏ, ਸਾਡੇ ਵੀ ਸ਼ੰਕਿਆਂ ਦੇ ਉੱਤਰ ਦਿਓ, ਤੁਹਾਡੇ ਸ਼ੰਕਿਆਂ ਦੇ ਉੱਤਰ ਅਸੀਂ ਦੇਵਾਂਗੇ। ਇਹ ਸੰਵਾਦ ਦੀ ਵਿਧੀ ਹੈ, ਕੋਈ ਜੰਗ ਦੀ ਵਿਧੀ ਨਹੀਂ ਹੈ। ਔਰ ਬਹੁਤ ਅਸੀਂ ਸਤਿਕਾਰਤ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ, ਅੱਜ ਵੀ ਅਸੀਂ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ, ਕਿਉਂਕਿ ਸਾਡੀ ਮਨਸ਼ਾ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਵੀ ਕਿਸੇ ਨੂੰ ਠੇਸ ਪਹੁੰਚਾਈ ਜਾਵੇ ਜਾਂ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ। ਇਹਦੇ ਵਿੱਚ ਕੋਈ ਜਿੱਤ ਹਾਰ ਦਾ ਮੁੱਦਾ ਨਹੀਂ ਹੈ, ਇਹਦੇ ਵਿੱਚ ਹੈਗਾ ਇੱਕ ਪਿਆਰ ਦੀ ਭਾਵਨਾ ਪੈਦਾ ਕਰਨ ਦਾ। ਸਿੰਘ ਸਾਹਿਬ ਜੀ ਹੋਰਾਂ ਦਾ ਵੀ ਇਹ ਹੈ ਕਿ ਅਸੀਂ ਭਵਿੱਖ ਦੇ ਵਿੱਚ ਵੱਡੇ ਏਜੰਡੇ ਲੈ ਕੇ ਚੱਲੀਏ, ਜਿੰਨੀਆਂ ਵੀ ਭਾਵੇਂ ਕੋਈ ਬੁੱਢਾ ਦਲ ਹੈ, ਤਰਨਾ ਦਲ ਹੈ, ਵਿਧੀ ਚੰਦ ਦਲ ਹੈ, ਚਾਹੇ ਕੋਈ ਮਿਸ਼ਨਰੀ ਨੇ, ਸਟੱਡੀ ਸਰਕਲ ਨੇ, ਜਿੰਨੇ ਵੀ ਪ੍ਰਚਾਰਕ ਨੇ ਦੁਨੀਆ ਭਰ ਵਿੱਚ ਕੰਮ ਕਰਦੇ, ਸਾਨੂੰ ਇੱਕ ਆਪਸੀ ਪਿਆਰ ਨਾਲ ਚੱਲਣਾ ਚਾਹੀਦਾ ਕਿ ਜੇ ਸਾਡਾ ਸਾਰਿਆਂ ਦਾ ਮਿਸ਼ਨ ਇੱਕ ਹੈ ਧਰਮ ਦਾ ਪ੍ਰਚਾਰ, ਤੇ ਸਾਨੂੰ ਇਹਦਾ ਲੈਵਲ ਵੀ ਬਹੁਤ ਉੱਚਾ ਲਿਜਾਣਾ ਚਾਹੀਦਾ। ਪਰ ਜਿਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ, ਉਸ ਪਿੱਛੇ ਮਨਸ਼ਾ ਕੀ ਨਜ਼ਰ ਆ ਰਹੀ? ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਮ ਨੂੰ ਚੁਣੌਤੀ ਦੇਣਾ ਜਾਂ ਗੁਰੂ ਸਾਹਿਬਾਨ ਬਾਰੇ ਗਲਤ ਸ਼ਬਦਾਵਲੀ ਵਰਤਣਾ, ਇਸ ਸਭ ਪਿੱਛੇ ਮਨਸ਼ਾ ਕੀ ਨਜ਼ਰ ਆ ਰਹੀ ਹੈ? ਮਨਸ਼ਾ ਵੇਖੋ, ਕਈ ਵਾਰੀ ਬੰਦੇ ਦੀ ਅਗਿਆਨਤਾ ਵੀ ਹੁੰਦੀ ਹੈ, ਕਈ ਵਾਰੀ ਵਕਤੀ ਸ਼ੋਹਰਤ ਵਾਸਤੇ ਵੀ ਬੰਦਾ ਕਈ ਵਾਰੀ ਸਮਝਦਾ ਵੀ ਸ਼ਾਇਦ ਇਹ ਐਵੇਂ ਭਰਮ ਵੀ ਸਮਾਜ ਵਿੱਚ ਪੈਦਾ ਹੋ ਜਾਂਦੇ ਹੈ। ਇਹ ਕਿਸੇ ਸਮੇਂ ਆਰੀਆ ਸਮਾਜੀਆਂ ਨੂੰ, ਦੇਵ ਸਮਾਜੀਆਂ ਨੂੰ, ਨਕਲੀ ਨਿਰੰਕਾਰੀਆਂ ਨੂੰ ਵੀ ਹੋ ਗਏ ਸੀਗੇ, ਪਰ ਸਤਿਗੁਰਾਂ ਨੇ ਕਿਹਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਸੰਸਾਰ ਸਭ ਕੁਝ ਸਮਝਦਾ ਹੁੰਦਾ, ਸਮਾਜ ਵਿੱਚ ਆਪਾਂ ਕੋਈ ਚੰਗੀ ਪ੍ਰਚਾਰਾਂਗੇ, ਲੋਕ ਚੰਗੇ ਮੰਦੇ ਨੂੰ ਸਮਝਦੇ ਹੁੰਦੇ ਆ। ਇਸ ਕਰਕੇ ਇਸ ਮਨਸ਼ਾ, ਇਹ ਤਾਂ ਉਹ ਜਾਣਨ, ਪਰ ਸਾਡੀ ਮਨਸ਼ਾ ਇਹ ਹੈਗੀ ਆ ਕਿ ਅਸੀਂ ਚੰਗਾ ਕੰਮ ਕਰ ਸਕੀਏ। ਸਾਡੇ ਬਜ਼ੁਰਗ ਕਹਿੰਦੇ ਹੁੰਦੇ, ਤੁਸੀਂ ਨਹੀਂ ਸੀ ਪੈਦਾ ਹੋਏ ਗੁਰੂ ਦਾ ਪੰਥ ਤਾਂ ਵੀ ਸੀ, ਤੁਸੀਂ ਕੱਲ੍ਹ ਨੂੰ ਨਹੀਂ ਵੀ ਹੋਵੋਗੇ ਗੁਰੂ ਦਾ ਪੰਥ ਤਾਂ ਵੀ ਜੁਗਾਂ ਜਗਾਂਤਰਾਂ ਤੱਕ ਰਹੇਗਾ। ਪਰ ਮੁੱਦਾ ਇਹ ਆ ਕਿ ਜਦ ਤੱਕ ਤੁਸੀਂ ਧਰਤੀ 'ਤੇ ਰਹੇ, ਤੁਸੀਂ ਗੁਰੂ ਪੰਥ ਵਾਸਤੇ ਕੀ ਕੀਤਾ? ਬਸ ਆਹ ਸਵਾਲ ਇੱਕ ਜੇ ਸਾਰਿਆਂ ਦੇ ਮਨਾਂ 'ਚ ਹੋਵੇ ਵੀ ਅਸੀਂ ਉਹਦੇ ਲਈ ਬੁਰਾ, ਵੇਖੋ ਅਪਮਾਨ ਤਾਂ ਮੂਰਖ ਤੋਂ ਮੂਰਖ ਬੰਦਾ ਵੀ ਕਰ ਸਕਦਾ, ਸਨਮਾਨ ਕੋਈ ਹਿੰਮਤ ਵਾਲਾ ਚੰਗੀ ਸੋਚ ਵਾਲਾ ਕਰਦਾ ਹੁੰਦਾ। ਸਾਹਮਣੇ ਬਹੁਤ ਸਾਰੇ ਨੁਕਤੇ ਬੇਲੋੜੇ ਮੁੱਦੇ ਨੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੈ। ਜਿਵੇਂ ਉਹ ਇੰਗਲੈਂਡ ਵਾਲਾ ਬੋਲ ਪਿਆ ਜੀ, ਗੁਰੂ ਨਾਨਕ ਪਾਤਸ਼ਾਹ ਦਾ ਮਰਡਰ ਹੋਇਆ, ਭਾਈ ਸਾਹਿਬ ਉਹਦੀ ਵਕਾਲਤ ਕਰਨ ਲੱਗ ਪਏ, ਇਹੋ ਜਿਹੇ ਮੁੱਦੇ ਇਹ ਸਾਡੇ ਕੋਈ ਕੌਮ ਦੇ ਮੁੱਦੇ ਨੇ। ਇਹੋ ਜਿਹੇ 50-100 ਸਵਾਲ ਸਾਡੇ ਕੋਲ ਇਕੱਠਾ ਹੋਇਆ ਪਿਆ ਵੀ ਕਿਉਂ, ਜਿਹੜਾ ਸਵਾਲ ਬਣਦਾ ਹੀ ਨਹੀਂ ਉਹਨੂੰ ਕਿਉਂ ਉਭਾਰਿਆ ਜਾਂਦਾ, ਜਿਹਦਾ ਕੋਈ ਮਤਲਬ ਹੀ ਨਹੀਂ ਹੈਗਾ ਸਮੇਂ ਦੇ ਸੰਦਰਭ ਦੇ ਵਿੱਚ।
ਸਾਡੇ ਕੋਲ ਬਹੁਤ ਕੁਝ ਪ੍ਰਚਾਰਨ ਵਾਸਤੇ ਮਹਾਰਾਜ ਦੀ ਕਿਰਪਾ ਹੈਗੀ ਆ, ਅਸੀਂ ਉਸ ਮਿਸ਼ਨ ਨੂੰ ਪ੍ਰਚਾਰੀਏ ਕਿ ਲੋਕ ਆਤਮਕ ਤੌਰ 'ਤੇ ਰੂਹਾਨੀ ਤੌਰ 'ਤੇ ਉੱਚੇ ਹੋਣ, ਨਾ ਕਿ ਕੰਨ ਰਸ ਔਰ ਚੁਗਲੀਆਂ ਸੁਣਨ ਵਾਸਤੇ ਇਕੱਠੇ ਹੋ ਕੇ ਰਹਿ ਜਾਣ। ਹੁਣ ਦੋ ਮੀਟਿੰਗਾਂ 'ਚ ਗੈਰ ਹਾਜ਼ਰ ਰਹੇ ਟੱਟੀਆਂ ਵਾਲੇ, ਅਗਲੀ ਕੀ ਰਣਨੀਤੀ ਹੈ, ਕੀ ਫੈਸਲਾ ਲਿਆ ਗਿਆ ਸਬ ਕਮੇਟੀ? ਦੇਖੋ ਸਾਡਾ ਤਾਂ ਇੱਕੋ ਹੀ ਆ, 5 ਮੈਂਬਰੀ ਕਮੇਟੀ ਦੀ ਭਾਵਨਾ ਹੈ ਕਿ ਅਸੀਂ ਇਹ ਸੰਵਾਦ ਹੋਵੇ, ਅਸੀਂ ਇਹਨੂੰ ਚੰਗਾ ਰੂਪ ਦੇ ਸਕੀਏ, ਚੰਗੇ ਰੂਪ ਦੇ ਵਿੱਚੋਂ ਜਿਹਨੂੰ ਵੀ ਕੁਦ ਅਕਾਲ ਪੁਰਖ ਦੀ ਜਾਂ ਸਤਿਗੁਰੂ ਦੀ ਰਹਿਮਤ ਆ ਉਹ ਚੰਗਾ ਪ੍ਰਚਾਰ ਕਰੇ, ਅਸੀਂ ਸੰਗਤਾਂ ਨੂੰ ਜੋੜ ਸਕੀਏ, ਨਾ ਕਿ ਸੰਗਤਾਂ ਨੂੰ ਸ਼ੰਕਿਆਂ ਵਿੱਚ ਪਾ ਸਕੀਏ। ਇਸ ਲਈ 1 ਮਹੀਨੇ ਦਾ ਸਮਾਂ ਇਸ ਲਈ ਦਿੱਤਾ ਗਿਆ ਕਿ ਫਿਰ ਜੁੜ ਬੈਠੀਏ। ਇਹ ਨਾ ਕੋਈ ਕਵੇ ਕੱਲ੍ਹ ਨੂੰ ਵੀ ਮੈਨੂੰ ਤਾਂ ਮੌਕਾ ਹੀ ਨਹੀਂ ਦਿੱਤਾ, ਮੇਰੀ ਤਾਂ ਗੱਲ ਕਿਸੇ ਨੇ ਸੁਣੀ ਨਹੀਂ। ਅਸੀਂ ਸੁਣਨੀ ਵੀ ਚਾਹੁੰਦੇ ਅਤੇ ਸੁਣਾਉਣੀ ਵੀ ਚਾਹੁੰਦੇ ਹਾਂ। ਅਸੀਂ ਸ਼ੰਕੇ ਨਿਵਰਤ ਵੀ ਕਰਾਂਗੇ ਅਤੇ ਸਾਡੇ ਸ਼ੰਕਿਆਂ ਦੀ ਨਿਵਰਤੀ ਵੀ ਜ਼ਰੂਰ ਕਰਨੀ ਪਏਗੀ, ਪਰ ਇਹ ਮਿੱਤਰਤਾ ਦੇ ਭਾਈ ਸਾਹਿਬਤਾ ਦੇ ਨਾਤੇ, ਨਾ ਕਿ ਕਿਸੇ ਵਿਰੋਧ ਭਾਵਨਾ ਦੇ ਨਾਤੇ। ਇਹ ਸਾਡੀ ਸਾਰਿਆਂ ਕਮੇਟੀ ਦੀ ਭਾਵਨਾ, ਕੋਆਰਡੀਨੇਟਰ ਦੀ ਵੀ ਇਹੋ ਭਾਵਨਾ, ਸਿੰਘ ਸਾਹਿਬਾਨ ਜੀ ਦੀ ਵੀ ਇਹੋ ਭਾਵਨਾ। ਫਿਰ ਦੇਖੋ ਅਸੀਂ ਤਾਂ ਜੋ ਰਿਪੋਰਟ ਸਾਡੀ ਹੈ ਉਹ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਪੇਸ਼ ਕਰ ਦਾਂਗੇ। ਅਗਰ ਭਾਈ ਸਾਹਿਬ ਆ ਜਾਂਦੇ ਨੇ ਇਹਦਾ ਰੂਪ ਬਦਲ ਵੀ ਸਕਦਾ, ਮਤਲਬ ਸਾਡਾ ਤਾਂ ਕੋਈ, ਮੈਂ ਫਿਰ ਕਹਿੰਦਾ ਕੋਈ ਇਹ ਜਾਤੀ ਵਿਰੋਧ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਦੇ ਵਿੱਚ, ਇਹ ਇੱਕ ਜਮਾਤੀ ਗੱਲ ਹੈ ਅਤੇ ਜਮਾਤੀ ਗੱਲ ਦੇ ਵਿੱਚ ਕਈ ਵਾਰੀ ਸ਼ੰਕੇ ਖੜ੍ਹੇ ਹੋਏ ਦੁਨੀਆਂ ਦੇ ਵਿੱਚ, ਕਈਆਂ ਲੋਕਾਂ ਨੇ ਸ਼ੰਕਿਆਂ ਦੀ ਨਿਵਰਤੀ ਕੀਤੀ, ਫਿਰ ਭਾਈਚਾਰਾ ਵੱਧ ਜਾਂਦਾ। ਮਤਲਬ ਜੇ ਨੇੜਤਾ ਵਧਾਵਾਂਗੇ, ਪਿਆਰ ਵਧੇਗਾ, ਦੂਰਤਾ ਵਧਾਵਾਂਗੇ ਤਾਂ ਐਵੇਂ ਦੁਸ਼ਮਣੀਆਂ ਪਾਲੀ ਜਾਵਾਂਗੇ ਵੀ ਵਿਰੋਧੀਆਂ। ਸ਼ਾਇਦ ਵਿਰੋਧ ਕਾਹਦਾ ਹੈ? ਕੋਈ ਵੀ ਨਹੀਂ। ਇਹ ਜ਼ਿੰਦਗੀ ਹੈ ਕਿੰਨੀ ਕਾ, ਇਹਦੇ ਵਿੱਚ ਐਵੇਂ ਬੇਲੋੜੀ ਟੈਨਸ਼ਨ ਲੋਕਾਂ ਨੂੰ ਕ੍ਰੀਏਟ ਕਰੀ ਜਾਓ, ਪੈਦਾ ਕਰੀ ਜਾਓ। ਸਾਡੀ ਤਾਂ ਹੁਣ ਇਹ ਹੈ ਕਿ ਅਸੀਂ ਫਿਰ ਵੀ ਵੇਟ ਕਰਦੇ ਹਾਂ ਇਸ ਕਰਕੇ ਕਿ ਇਹਦੇ ਵਿੱਚੋਂ ਕੋਈ ਚੰਗਾਪਣ ਨਿਕਲੇ ਔਰ ਭਵਿੱਖ ਦੇ ਵਿੱਚ ਅਸੀਂ ਚੰਗਾ ਦੁਨੀਆਂ ਵਿੱਚ ਪ੍ਰਚਾਰ ਕਰ ਸਕੀਏ। ਠੀਕ ਹੈ।